ये बेहद दर्दनाक ते शोकमई तस्वीरां तरन तारण दी आउंदे पिंड पहल तो सामने आ रही ने, जिथे 12 साल बाद एक नौजवान अपने घर परतदा है अते उसका कसूर इन्ना हुंदा है कि वह जलंधर दे एक रिजोर्ट दे विच जन्मदिन की पार्टी अटेंड करन जांदा है, पर उत्थे अचानक गोलियां चलदियां ने जिस दे विच इस 32 साल नौजवान की मौत हो जाती है। दस दईए कि यह अपने परिवार को 12 साल बाद अमरीका तो आया सी कि परिवार दे विच खुशियां दी लहर सी, पर जदों देर रात जलंधर दे एक रिजोर्ट दे विच जन्मदिन दी पार्टी अटेंड करन जांदा है तां उत्थे कुछ लोकां दे वल्लों इस उत्ते हमला कर दिता जांदा है, गोलियां चलदियां ने ते जिस तों बाद इस दी मौत हो जांदी है ते हुण परिवार वल्लों रो रो के बुरा हाल है। तस्वीरां तुसीं देख सकते हो, तुहाडा वी कलेजा कंब जावेगा कि किस तरीके दे नाल वो शख्स जो इस परिवार दी जन जान सी 12 साल बाद अमरीका तो आया सी वो अज इस दुनिया नू रुखसत आके आए। गोलियां चलदियां ने जलंधर दे एक रिजोर्ट दे विच जिस तो बाद उस व्यक्ति दी जान चली जांदी है। तस्वीरां तुसीं देख सकदे हो कि दलजीत सिंह नाम दा वो व्यक्ति 32 साल जिस दी उम्र सी, परिवार वल्लों कई आसां सीगियां 12 साल बाद अमरीका तो आया सी हुण इस दुनिया नू रुखसत आके आए। तस्वीरां बेहद भावुक कर देण वालियां ने। ਮੇਰਾ ਨਾਮ ਸਕੱਤਰ ਸਿੰਘ ਹੈ ਜੀ। ਅੱਛਾ, ਤੇ ਆ ਜਿਹੜੇ ਆਪਣੇ ਦਲਜੀਤ ਸਿੰਘ ਦੀ ਹੱਤਿਆ ਕੀਤੀ ਆ, ਕਿੱਦਾਂ ਕੀ ਕਾਰਨ ਨੇ ਹੱਤਿਆ ਦੇ, ਕੀ ਸਾਹਮਣੇ ਆਏ ਨੇ ਕਾਰਨ? ਇਹ ਜੀ ਬੜੀ ਅਫਸੋਸ ਵਾਲੀ ਗੱਲ ਹੈ, ਲੜਕਾ 12 ਸਾਲ ਬਾਅਦ ਆਇਆ ਸੀਗਾ ਅਮਰੀਕਾ ਤੋਂ ਅਤੇ ਕੋਈ ਵਜ੍ਹਾ ਰੰਜਿਸ਼ ਦਾ ਤਾਂ ਜਿਹਦੀ ਪਤਾ ਨਹੀਂ ਲੱਗਾ, ਲੇਕਿਨ ਫੰਕਸ਼ਨ 'ਤੇ ਗਏ ਬੱਚੇ ਅਤੇ ਉੱਥੇ ਉਹ ਜਿੰਨੇ ਮਤਲਬ ਇਹ ਵਾਕਿਆ ਕੀਤਾ ਵਾ ਉਸ ਲੜਕੀ ਦਾ ਵੀ ਇਹ ਕੋਈ ਪਤਾ ਨਹੀਂ ਲੱਗਣ ਡਿਆ ਵੀ ਕੌਣ ਕੌਣ ਉਹਦੇ ਨਾਲ ਸੀਗਾ। ਬਾਕੀ ਕਾਨੂੰਨੀ ਕਾਰਵਾਈ ਚੱਲ ਰਹੀ ਆ, ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗੇਗਾ ਵੀ ਕੀ ਵੈਪਨ ਚੱਲਿਆ ਅਤੇ ਕੀ ਹੋਇਆ ਵਾ। ਅਤੇ ਦੂਸਰੀ ਬੜੀ ਦੁੱਖ ਵਾਲੀ ਗੱਲ ਆ, ਪਰਿਵਾਰ ਬੜਾ ਵਧੀਆ ਸੀਗਾ, ਇਹ ਸਾਰਾ ਪਰਿਵਾਰ ਬਹੁਤ ਚੰਗਾ ਪਰਿਵਾਰ ਸੀਗਾ ਜੀ, ਅਤੇ ਨੇਕ ਆਪਣੀ ਕਮਾਈ ਕਰਨ ਵਾਲੇ ਸੀ, ਕਿੰਨੇ ਨਾ ਕਿਸੇ ਨਾਲ ਵੀ ਇਹਨਾਂ ਦਾ ਕੋਈ ਵੀ ਕੋਈ ਜਾਤੀ ਦੁਸ਼ਮਣੀ ਨਹੀਂ ਸੀ, ਇਹ ਤਾਂ ਆਪਣੀ ਕਮਾਈ ਕਰਨ ਵਾਲੇ ਬੰਦੇ ਸੀ। ਅਤੇ ਦੁੱਖ ਇਸ ਗੱਲ ਦਾ ਵੀ ਬੱਚਾ 12 ਸਾਲ ਬਾਅਦ ਆਇਆ, ਅਤੇ ਅਸੀਂ ਉਹ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਇਹਦਾ ਇਨਸਾਫ ਹੋਵੇ ਅਤੇ ਪਰਿਵਾਰ ਨੂੰ ਇਨਸਾਫ ਮਿਲੇ ਜੀ। ਕੀ ਨਾਮ ਭਾਅ ਜੀ ਤੁਹਾਡਾ? ਸਲਵਿੰਦਰ ਸਿੰਘ ਜੀ। ਆ ਜਿਹੜੇ ਤੁਹਾਡੇ ਭਤੀਜੇ ਦੀ ਜਿਹੜੀ ਦਲਜੀਤ ਸਿੰਘ ਦੀ ਹੱਤਿਆ ਕੀਤੀ ਆ, ਕਿੱਦਾਂ ਹੋਈ ਹੱਤਿਆ, ਕਿੱਥੇ ਗਿਆ ਇਹ? ਵੀਰ ਜੀ ਉਹ ਕੱਲ੍ਹ ਸਵੇਰੇ ਇੱਥੋਂ ਫੰਕਸ਼ਨ ਸੀ ਜਲੰਧਰ ਦੇ ਵਿੱਚ ਰਾਮਾ ਮੰਡੀ, ਹਾਂ ਫੰਕਸ਼ਨ ਦੇ ਬੇਟੇ ਦਾ ਉਹਦੇ ਮਤਲਬ ਸਹੁਰਿਆਂ ਵੱਲੋਂ ਬੇਟੇ ਦਾ ਧਮਾਨ ਸੀਗਾ, ਮਤਲਬ ਜਿੱਦਾਂ ਆਪਾਂ ਕਰਦੇ ਹਾਂ ਉਹ, ਹਾਂ ਢਿੱਲੋ ਪੈਲਸ ਦੇ ਵਿੱਚ, ਹਾਂ ਉੱਥੇ ਸਾਡੇ ਰਿਸ਼ਤੇਦਾਰਾਂ ਦੇ ਵਿੱਚੋਂ ਹੀ ਉਹਦਾ ਸੰਡੂ ਹੀ ਸਮਝੋ ਲੱਗਦਾ ਸੀਗਾ, ਉਹਨੇ ਬਾਥਰੂਮ ਦੇ ਵਿੱਚ ਬਾਥਰੂਮ ਪਿਸ਼ਾਬ ਕਰਨ ਡਿਆ ਅਤੇ ਮਗਰੋਂ ਜਾ ਕੇ ਗੋਲੀਆਂ ਮਾਰ। ਰੰਜਸ ਦਾ ਕੋਈ ਪਤਾ ਨਹੀਂ ਅਜੇ ਤੀਕ ਨਹੀਂ ਲੱਗਾ ਵੀ ਕੀ ਵਜ੍ਹਾ ਸੀ, ਕਿਹੜੀ ਗੱਲ ਉਹਨੇ ਗੋਲੀਆਂ ਮਾਰੀਆਂ ਵਾ, ਉਹ ਬਾਰੇ ਅਜੇ ਕਲੀਅਰ ਪੁਲਿਸ ਕਰਨ ਡਈ ਆ। ਬੰਦੇ ਸਾਡੇ ਹਾਂ ਪੁਲਿਸ ਕਾਰਵਾਈ ਸਾਡੇ ਪਤਵੰਤ 'ਤੇ ਬੰਦੇ ਗਏ ਉੱਥੇ ਜਲੰਧਰ, ਹਾਂ 10 ਬਰਾਮਦ ਦੇ ਪੰਚਾਇਤ ਤੌਰ 'ਤੇ ਉਹ ਥਾਣੇ ਦੇ ਵਿੱਚ ਕਾਰਵਾਈ ਕਰਵਾਉਣ ਡਿਆ, ਨਾਲੇ ਪੋਸਟਮਾਰਟਮ ਵਗੈਰਾ ਸਾਰਾ ਉੱਥੇ ਕਰਵਾਉਣ ਡਿਆ। ਹਾਂਜੀ ਇਹੋ ਮੰਗ ਜੀ, ਸਾਡਾ ਬੇਟਾ 13 ਸਾਲਾਂ ਬਾਅਦ ਅਮਰੀਕਾ 'ਚੋਂ ਆਇਆ ਸੀ। ਕਿੰਨਾ ਚਿਰ ਪਹਿਲਾਂ ਆਇਆ? ਅੱਜ ਤੋਂ 20 ਦਿਨ ਪਹਿਲਾਂ ਆਇਆ। ਹਾਂਜੀ।
गोलियां मारियां गई नहीं अमरीका मैरिज हुई गोरी अमरीका चो आई है वापस।